ਅੱਜ ਲਾਹੌਰ ਦੇ ਇੱਕ ਬਹੁਤ ਵੱਡੇ ਲਾਹੌਰ ਤੋਂ ਮੁਰਾਦ ਮੇਰੀ ਹੈ ਕਿ ਅਰਬਨ ਸ਼ਾਇਰ ਔਰ ਇੱਕ ਐਸੇ ਪੋਇਟ ਦੇ ਬਾਰੇ ਜੋ ਜਿਹਨੂੰ ਸਮਝਿਆ ਜਾਂਦਾ ਹੈ ਕਿ ਕਾਫੀ ਜਿਹਨੇ ਦਾ ਜਾਨਰਾ ਜਿਹੜਾ ਹੈ ਜਿਹਨੇ ਇੰਟਰੋਡਿਊਸ ਕਰਵਾਇਆ ਕਾਫੀ ਹੁੰਦੀ ਕੀ ਹੈ ਔਰ ਪਹਿਲਾ ਸ਼ਾਇਰ ਹੈ ਕਾਫੀ ਦਾ ਸ਼ਾਹ ਹੁਸੈਨ ਜੀ ਹੁਣ ਸ਼ਾਹ ਹੁਸੈਨ ਦੀ ਜਿਹੜੀ ਸ਼ੋਹਰਤ ਹੈ ਉਹ ਅੱਜ ਤੱਕ ਬੜੀ ਸਮਝ ਜਾ ਰਹੀ ਹੈ ਲੇਕਿਨ ਅੱਜ ਤੱਕ ਤੋਂ ਮੁਰਾਦ ਹੈ ਕਿ ਸਿਰਫ ਪਿਛਲੇ 50 ਸਾਲਾਂ 'ਚ ਹੀ ਉਹ ਦੁਬਾਰਾ ਪਾਪੂਲਰ ਹੋਇਆ ਇਹਦੀ ਕੀ ਵਜ੍ਹਾ ਹੈ ਕਿਉਂ ਕਿ ਉਹ 1599 'ਚ ਮਰਿਆ ਉਸ ਤੋਂ ਬਾਅਦ ਉਹਨੂੰ ਗਾਇਆ ਵੀ ਜਾਂਦਾ ਰਿਹਾ ਗਿਆ ਹੋਏਗਾ ਲੇਕਿਨ ਕਿਆ ਪੰਜਾਬ ਦੀ ਕੋਈ ਕੰਡੀਸ਼ਨ ਐਸੀ ਹੈ ਸੀ ਜਿਹਦੀ ਵਜ੍ਹਾ ਨਾਲ ਫਿਰ ਉਹ ਇੱਕਦਮ ਵਿੱਚ ਗਾਇਬ ਹੋ ਗਿਆ ਔਰ ਫਿਰ ਦੁਬਾਰਾ ਆਇਆ ਇਹਦੀ ਕੋਈ ਪੱਕੀ ਵਜ੍ਹਾ ਤਾਂ ਮਾਲੂਮ ਨਹੀਂ ਹੈ ਲੇਕਿਨ ਜਿਹੜੀਆਂ ਪੁਰਾਣੇ ਨੁਸਖੇ ਜਿਹੜੇ ਸਾਹਮਣੇ ਆਉਂਦੇ ਨੇ ਨਾ ਸ਼ਾਹ ਹੁਸੈਨ ਦੇ ਉਹਨਾਂ ਵਿੱਚ ਹਰ ਕਾਫੀ ਦੇ ਉੱਤੇ ਰਾਗ ਲਿਖਿਆ ਹੈ ਇਹਦਾ ਮਤਲਬ ਇਹ ਹੈ ਕਿ ਇਹ ਕਦੀ ਰਾਗਾਂ 'ਚ ਕੰਪੋਜ਼ ਹੋਈ ਸੀ ਠੀਕ ਹੈ ਹਰ ਕਾਫੀ ਜਿਹੜੀ ਕਿਸੇ ਰਾਗ 'ਚ ਕੰਪੋਜ਼ ਹੋਈ ਠੀਕ ਹੈ ਲੇਕਿਨ ਸਾਨੂੰ ਇਹ ਪਤਾ ਹੈ ਕਿ 1970 ਤੋਂ ਪਹਿਲੇ ਜਿਹੜੀ 1970 ਦੀ ਤਹਿਰੀਕ ਚੱਲੀ ਆਪਣਾ ਪਾਕਿਸਤਾਨ 'ਚ ਪ੍ਰੋਗਰੈਸਿਵ ਤਹਿਰੀਕ ਚੱਲੀ ਉਸ ਤੋਂ ਪਹਿਲੇ ਸ਼ਾਹ ਹੁਸੈਨ ਜਿਹੜਾ ਹੈ ਇਹ ਗਾਇਆ ਨਹੀਂ ਸੀ ਜਾਂਦਾ ਇਹਦੀ ਇੱਕ ਹੀ ਕਾਫੀ ਗਾਈ ਸੀ ਜਿਹੜੀ ਕਾਫੀ ਮਕਬੂਲ ਸੀ ਵੈਸੇ ਆਪਣਾ ਅਹਿਮਦ ਅਲੀ ਬੇਲਾ ਨੇ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜਦਾ ਅਤੇ ਇਹ ਜਿਹੜਾ ਇਹ ਵੀ ਅਜੀਬੋ ਗਰੀਬ ਗੱਲ ਹੈ ਕਿ ਇਹਦੀ ਜਿਹੜੀ ਟੈਕਸਟ ਹੈ ਉਹ ਵੀ ਬਾਕੀ ਵੱਡਿਆਂ ਸ਼ਾਇਰਾਂ ਤਰ੍ਹਾਂ ਨਹੀਂ ਸੀ ਛਪਦੀ ਇਸ ਵਾਸਤੇ ਪਹਿਲੀ ਵਾਰੀ ਆਪਣਾ 1942 ਵਿੱਚ ਮੋਹਨ ਸਿੰਘ ਨੇ ਜਿਹੜਾ ਕਿ ਓਰੀਐਂਟਲ ਕਾਲਜ ਦਾ ਪ੍ਰੋਫੈਸਰ ਸੀ ਮਸ਼ਹੂਰ ਪ੍ਰੋਫੈਸਰ ਮੋਹਨ ਸਿੰਘ ਠੀਕ ਹੈ ਉਹਨੇ ਸ਼ਾਹ ਹੁਸੈਨ ਦੀ ਕਾਫੀਆਂ ਦੀ ਕੁਲੈਕਸ਼ਨ ਅੱਛਾ ਹੁਣ ਮੈਨੂੰ ਇਹ ਲੱਗਦਾ ਕਿ ਅਗਰ ਮੋਹਨ ਸਿੰਘ ਇਹ ਨਾ ਛਾਪਦਾ ਤੇ 400 ਸਾਲ ਜਾਂ ਸਾਢੇ 400 ਸਾਲ ਵਿੱਚ ਸ਼ਾਹ ਹੁਸੈਨ ਨੇ ਜੋ ਕਹਿਤਾ ਔਰ ਉਸ ਤੋਂ ਬਾਅਦ ਜੋ ਕੁਝ ਪ੍ਰੋਗਰੈਸ਼ਨ ਹੋਈ ਹੈ ਉਹ ਫਿਰ ਸਾਨੂੰ ਨਾ ਮਿਲਦੀ ਮੈਨੂੰ ਇਹ ਲੱਗ ਰਿਹਾ ਕਿ ਵਿੱਚ ਇਤਨਾ ਸਦੀਆਂ ਦਾ ਪੀਰੀਅਡ ਆ ਗਿਆ ਔਰ ਕਿਸੇ ਨੇ ਕੁਝ ਉਹਨੂੰ ਗੱਲ ਨਹੀਂ ਕੀਤੀ ਪਤਾ ਨਹੀਂ ਮੇਰਾ ਖਿਆਲ ਹੈ ਕਿ ਸਾਨੂੰ ਪਤਾ ਨਹੀਂ ਹੈ ਕਿ ਬਈ ਸ਼ਾਹ ਹੁਸੈਨ ਕਿੱਥੇ ਗਾਇਆ ਜਾਂਦਾ ਸੀ ਜਾਂ ਕਿੱਥੇ ਨਹੀਂ ਸੀ ਗਾਇਆ ਜਾਂਦਾ ਲੇਕਿਨ ਇਹ ਹੈ ਕਿ ਇਹ ਗੱਲ ਸਹੀ ਹੈ ਕਿ 1942 ਵਿੱਚ ਉਹਨੇ ਛਾਪਿਆ ਫਿਰ 60s ਦੇ ਵਿੱਚ ਸ਼ਾਹ ਹੁਸੈਨ ਮਜਲਿਸ ਬਣੀ ਲਾਹੌਰ 'ਚ ਜਿਹਦੇ 'ਚ ਸਾਰੇ ਪੰਜਾਬੀ ਦੇ ਵੱਡੇ ਜਾਨਵਰ ਸ਼ਾਮਿਲ ਤੁਹਾਡਾ ਵੀ ਨਾਂ ਸ਼ਾਮਿਲ ਹੈ ਵੈਸੇ ਕਿ ਜੋ ਜਿਨ੍ਹਾਂ ਨੇ ਇਹਨੂੰ ਅੱਗੇ ਵਧਾਇਆ ਨਹੀਂ ਅਸੀਂ ਤੁਸੀਂ ਮਜਲਿਸ ਮਜਲਿਸ ਸ਼ਾਹ ਹੁਸੈਨ ਜਿਹੜੀ ਹੈ ਉਹ ਸਾਡੇ ਤੋਂ ਪਹਿਲੇ ਬਣੀ ਸੀ ਅੱਛਾ ਅਸੀਂ ਫਿਰ ਸੰਨ 1970 ਤੋਂ ਬਾਅਦ ਅਸੀਂ ਫਿਰ ਉਹ ਜਿਹੜੀ ਨਜ਼ਮ ਹੁਸੈਨ ਸੈਯਦ ਸਾਹਿਬ ਦੀ ਜਿਹੜੀ ਸੰਗਤ ਸ਼ੁਰੂ ਹੋਈ ਨਾ ਉਹਨੂੰ ਉਹਦੇ ਵਿੱਚ ਸ਼ਾਹ ਹੁਸੈਨ ਪੜਿਆ ਗਿਆ ਠੀਕ ਹੈ ਪੂਰਾ ਪੜਿਆ ਗਿਆ ਮੇਰਾ ਕਹਿਣ ਦਾ ਮਕਸਦ ਇਹੀ ਸੀ ਕਿ ਸੰਗਤ ਨੇ ਮਜਲਿਸ ਸ਼ਾਹ ਹੁਸੈਨ ਦਾ ਜਿਹੜਾ ਕੰਮ ਸੀ ਉਹਨੂੰ ਅੱਗੇ ਲੈ ਕੇ ਗਿਆ ਅੱਛਾ ਇਹ ਹੋ ਸਕਦਾ ਹੈ ਕਿ ਸੰਗਤ ਨੂੰ ਚੂੰਕਿ ਉਹ ਪੋਲੀਟੀਕਲ ਕੋਟ ਐਂਡ ਕੋਟ ਸਪੋਰਟ ਮਿਲ ਗਈ ਕਿਉਂਕਿ 70s ਦਾ ਇਰਾ ਐਸਾ ਹੈ ਪਾਕਿਸਤਾਨ ਵਿੱਚ ਔਰ ਖਾਸ ਤੌਰ 'ਤੇ ਸਾਊਥ ਏਸ਼ੀਆ ਵਿੱਚ ਜਿਸ ਪ੍ਰੋਗਰੈਸ ਬੜੀ ਹੋ ਰਹੀ ਹੈ ਮੇਰਾ ਤਾਂ ਖਿਆਲ ਪੂਰੀ ਦੁਨੀਆ 'ਚ ਇਸ ਤਰ੍ਹਾਂ ਹੋ ਰਿਹਾ ਸੀ ਕਿ 70s ਵਿੱਚ ਇੱਕ ਬਿਲਕੁਲ ਚੇਂਜ ਆ ਰਿਹਾ ਸੀ ਪ੍ਰੋਗਰੈਸਿਵ ਮੂਵਮੈਂਟ ਚੱਲ ਰਹੀਆਂ ਸਨ ਸੋ ਇਹ ਵੀ ਇੱਕ ਬੜੀ ਮਜ਼ੇਦਾਰ ਗੱਲ ਹੈ ਕਿ ਸ਼ਾਹ ਹੁਸੈਨ ਉਸ ਟਾਈਮ 'ਤੇ ਮਕਬੂਲ ਹੋ ਰਿਹਾ ਔਰ ਗਾਇਆ ਜਾ ਰਿਹਾ ਹੈ ਜਦੋਂ ਇੱਕ ਪ੍ਰੋਗਰੈਸਿਵ ਮੂਵਮੈਂਟ ਚੱਲ ਰਹੀ ਹੈ ਦੁਨੀਆ 'ਚ ਔਰ ਸਾਊਥ ਏਸ਼ੀਆ 'ਚ ਔਰ ਪਾਕਿਸਤਾਨ 'ਚ ਨਹੀਂ ਉਹ ਤਾਂ ਮੈਂ ਇਹ ਕਹਾਂਗਾ ਕਿ ਜਿਹੜਾ 70s ਦੇ ਵਿੱਚ ਪੰਜਾਬ 'ਚ ਸਾਡੇ ਵਾਲੇ ਪੰਜਾਬ 'ਚ ਪਹਿਲੀ ਵਾਰੀ ਗਹਿਣੇ ਸਮਾਂ ਹੋਇਆ ਕਿ ਜਿਹੜੀ ਪੜ੍ਹੀ ਲਿਖੀ ਜਿਹੜੀ ਦਾਨਿਸ਼ਵਰ ਕਲਾਸ ਸੀ ਉਹਨੇ ਪੰਜਾਬੀ ਨੂੰ ਪੜ੍ਹਨਾ ਸ਼ੁਰੂ ਕੀਤਾ ਦੁਬਾਰਾ ਤੋਂ ਅੱਛਾ ਪਿੰਡਾਂ ਦੇ ਵਿੱਚ ਤਾਂ ਜਿਹੜਾ 60s ਤੱਕ ਮੈਂ ਦੇਖਿਆ ਕਿ ਪਿੰਡਾਂ ਦੇ ਵਿੱਚ ਤਾਂ ਪੜ੍ਹਿਆ ਜਾਂਦਾ ਸੀ ਸ਼ਾਹ ਹੁਸੈਨ ਨਹੀਂ ਸੀ ਪੜ੍ਹਿਆ ਜਾਂਦਾ ਵਾਰਿਸ ਸ਼ਾਹ ਪੜ੍ਹਿਆ ਜਾਂਦਾ ਸੀ ਠੀਕ ਹੈ ਆਪਣਾ ਮੌਲਵੀ ਗੁਲਾਮ ਰਸੂਲ ਦੀ ਯੂਸੁਫ ਜ਼ਲੈਖਾ ਪੜ੍ਹੀ ਜਾਂਦੀ ਸੀ ਮਿਰਜ਼ਾ ਪੜ੍ਹਿਆ ਜਾਂਦਾ ਸੀ ਲੇਕਿਨ ਸ਼ਾਹ ਹੁਸੈਨ ਨਹੀਂ ਸੀ ਪੜ੍ਹਿਆ ਜਾਂਦਾ ਅੱਛਾ ਹੁਣ ਇਹ ਵੀ ਸਵਾਲ ਹੈ ਫਿਰ ਕਿਉਂ ਹੀ ਪੜ੍ਹਿਆ ਜਾਂਦਾ ਸੀ ਇਹ ਮੈਨੂੰ ਨਹੀਂ ਮੈਂ ਤਾਂ ਜਵਾਬ ਮੇਰੇ ਕੋਲ ਕੀ ਹੈ ਕਿ ਇਹਦੀ ਵਜ੍ਹਾ ਇਹ ਹੈ ਕਿ ਉਹ ਇੱਕ ਮਿਡਲ ਕਲਾਸੀਆ ਅਰਬਨ ਸ਼ਹਿਰ ਦਾ ਸ਼ਾਇਰ ਹੈ ਮੈਨੂੰ ਇਹ ਲੱਗਦਾ ਹੈ ਕਿ ਕਵਾਲ ਤੇ ਸ਼ਬਦ ਗਾਉਂਦੇ ਸਨ ਪੁਰਾਣੇ ਟ੍ਰੈਡੀਸ਼ਨਲ ਲੇਕਿਨ ਜਿਹੜੇ ਰੇਡੀਓ ਟੀਵੀ ਤੇ ਕਵਾਲ ਆਏ ਨਾ ਜਿਹੜੀ ਉਹ ਜਨਰੇਸ਼ਨ ਆਈ ਠੀਕ ਹੈ ਉਹਨਾਂ ਨੇ ਨਹੀਂ ਗਾਇਆ
ਇਹਦਾ ਮਤਲਬ ਉਹ ਜ਼ਰਾ ਫੋਕ ਨੂੰ ਪ੍ਰਮੋਟ ਕਰਨਾ ਚਾਹ ਰਹੇ ਸਨ, ਮਤਲਬ ਇਹ ਫੋਕਿਸ਼ ਤਾਂ ਨਹੀਂ ਆਏਗਾ ਨਾ, ਕਿਉਂਕਿ ਫੋਕ ਨੂੰ ਪ੍ਰਮੋਟ ਨਹੀਂ ਕਰਦੇ ਤੁਸੀਂ 60s ਦੇ ਵਿੱਚ ਦੇਖੋ ਤੇ ਜਿਹੜੇ ਮੇਜਰ ਗਾਉਣ ਵਾਲੇ ਨੇ, ਜਿਹੜੇ ਮਸ਼ਹੂਰ ਗਾਉਣ ਵਾਲੇ ਨੇ, ਮਹਿਦੀ ਹਸਨ ਆ ਜਾਂ ਨੂਰ ਜਹਾਂ ਆ ਜਾਂ ਦੂਸਰੇ ਨੇ, ਉਹ ਗਜ਼ਲਾਂ ਉਹਨਾਂ ਨੇ ਉਹ ਨਹੀਂ, ਉਹਨਾਂ ਨੇ ਸ਼ਾਹ ਹੁਸੈਨ ਨੂੰ ਜਾਂ ਕਾਫੀ ਨੂੰ ਨਹੀਂ ਗਾਇਆ, ਲੇਕਿਨ 70 ਤੋਂ ਬਾਅਦ ਜਿਹੜੇ ਵੀ ਮੇਜਰ ਗਾਉਣ ਵਾਲੇ ਨੇ ਉਹ ਜਿਹੜੇ ਨੇ ਉਹਨਾਂ ਨੇ ਸਾਰਿਆਂ ਨੇ ਸ਼ਾਹ ਹੁਸੈਨ ਨੂੰ ਗਾਇਆ। ਹੁਣ ਤਾਂ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਲਤਾ ਮੰਗੇਸ਼ਕਰ ਨੇ ਵੀ ਗਾਇਆ, ਉਹਨੇ ਵੀ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਹੈ ਉਹਨੇ ਗਾਇਆ, ਉਹਦੇ ਭਤੀਜੇ ਨੇ ਜਿਹੜਾ ਹੈ ਆਪਣਾ ਬੀਜੂ ਮੰਗੇਸ਼ਕਰ ਉਹਨੇ ਉਹਦੀ ਤਰਜ਼ ਬਣਾਈ ਹੈ ਅਤੇ ਲਤਾ ਮੰਗੇਸ਼ਕਰ ਨੇ ਉਹਨੂੰ ਗਾਇਆ। ਅੱਛਾ, ਇੱਥੋਂ ਹੀ ਸ਼ੁਰੂ ਕਰਨੇ ਆ ਫਿਰ, ਜਿਹੜੀ ਜਦੋਂ ਅਸੀਂ ਕਿਉਂਕਿ ਇਹ ਇਤਨੀ ਸਾਡੇ ਕੋਲ ਇਤਨਾ ਪਾਪੂਲਰ ਸ਼ਾਇਰ ਸੀ ਕਿ ਇਹਦੀ ਇਤਨੀ ਕਾਫੀਆਂ ਨੇ ਤਾਂ ਕਿ ਸਾਡਾ ਇਹ ਖਿਆਲ ਹੈ ਕਿ ਜੀ ਅਸੀਂ ਇਹਦੀ ਕਿ ਦੋ ਕੁ ਐਪੀਸੋਡ ਬਣ ਜਾਣਗੇ, ਲੇਕਿਨ ਅਸੀਂ ਇਹਦੇ ਤੋਂ ਸ਼ੁਰੂ ਕਰਦੇ ਹਾਂ ਕਿ ਕਹਿੰਦੇ ਕਿ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਅੰਦਰ ਤੂੰ ਬਾਹਰ ਤੂੰ, ਰੂਮ ਰੂਮ ਵਿੱਚ ਤੂੰ, ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ, ਕਹੇ ਹੁਸੈਨ ਫਕੀਰ ਰਮਾਣਾ ਮੈਂ ਨਾ ਹੀ ਸਭ ਤੂੰ। ਪੂਰੀ ਉਹ ਆਪਣਾ ਡੈਡੀਕੇਸ਼ਨ ਵੀ ਹੈ ਔਰ ਪੂਰਾ ਇੱਕ ਸਬਮਿਸ਼ਨ ਵੀ ਹੈ ਜੀ। ਇਹ ਇਹਦਾ ਇਹ ਹੈ ਕਿ ਰੱਬਾ ਮੇਰੇ ਹਾਲ, ਇਹ ਬਾਏ ਦਾ ਵੇਸ ਇਹ ਕਾਫੀ ਬਹੁਤ ਲੋਕਾਂ ਨੇ, ਇਹ ਤਕਰੀਬਨ ਸਭ ਨਹੀਂ ਗਏ, ਅਤੇ ਇਹਦਾ ਮਤਲਬ ਰੱਬਾ ਮੇਰੇ ਹਾਲ ਦਾ ਮਹਿਰਮ, ਮਹਿਰਮ ਦਾ ਮਤਲਬ ਰਾਜਦਾਨ, ਤੂੰ ਜਾਣੀ ਜਾਣੀ ਜਾਣ, ਠੀਕ ਹੈ, ਤੂੰ ਮੇਰੇ ਹਾਲ ਦਾ ਜਾਣੀ ਜਾਣ ਹੈ, ਅੰਦਰ ਤੂੰ ਹੈ ਬਾਹਰ ਤੂੰ ਹੈ ਰੂਮ ਰੂਮ ਵਿੱਚ ਤੂੰ, ਰੂਮ ਰੂਮ ਦਾ ਮਤਲਬ ਹੈ ਲੂੰ ਲੂੰ ਦੇ ਵਿੱਚ, ਇੱਕ ਮੇਰੇ ਹਰ ਜਿਸਮ ਦੇ ਹਰ ਜ਼ਰੇ ਦੇ ਵਿੱਚ ਤੂੰ ਤੂੰ ਹੀ ਹੈ। ਤੂੰ ਹੈ ਤਾਣਾ ਤੂੰ ਹੈ ਬਾਣਾ, ਤਾਣਾ ਦਾ ਮਤਲਬ ਜਿਹੜਾ ਤਾਣਾ ਹੁੰਦਾ ਨਾ, ਜਿਹੜੇ ਜੁਲਾਏ ਨੇ ਉਹ ਜਿਹੜਾ ਸਿੱਧਾ ਧਾਗਾ ਜਿਹੜਾ ਕਰ ਰਹੇ ਹੁੰਦੇ ਨੇ, ਜਿਹੜਾ ਸਿੱਧਾ ਧਾਗਾ ਹੁੰਦਾ ਉਹਨੂੰ ਤਾਣਾ ਕਹਿੰਦੇ ਨੇ, ਅਤੇ ਜਿਹੜਾ ਵਿੱਚ ਉਹਦੇ ਹੁੰਦਾ ਉਹਨੂੰ ਪੇਟਾ ਕਹਿੰਦੇ ਨੇ, ਠੀਕ ਹੈ। ਇਹ ਤਾਣਾ ਉਹ ਹੈ ਕਿ ਮਤਲਬ ਜੁਲਾਏ ਜੀ ਟਰਮ ਜਿਹੜੀ ਹੈ ਨਾ ਉਹ ਸ਼ਾਹ ਹੁਸੈਨ ਨੇ ਬਹੁਤ ਯੂਜ਼ ਕੀਤੀ ਨਾ, ਕਿਉਂਕਿ ਪਿਓ ਜੁਲਾਹਾ ਸੀ, ਪਿਓ ਜੁਲਾਇਆ ਸੀ, ਵੈਸੇ ਉਹ ਪੋਲੀਟੀਕਲ ਟਰਮ ਵਿੱਚ ਯੂਜ਼ ਕੀਤਾ ਕਿਉਂਕਿ ਜੁਲਾਦ ਇਜ਼ ਵੈਰੀ ਡਿਗ੍ਰੇਡਿਡ, ਨਹੀਂ ਵੈਸੇ ਜਿਹੜਾ ਮੈਂ ਪੜ੍ਹਿਆ ਲੋਇਸਟ ਆਫ ਦ ਲੋਇਸਟ, ਵੈਸੇ ਮੈਂ ਜਿਹੜਾ ਪੜ੍ਹਿਆ ਹੈ ਉਹ ਇਹ ਹੈਗਾ ਕਿ ਇਹ ਜਿਹੜੇ ਬਾਹਰੋਂ ਆਏ ਸਨ ਨਾ ਟਰਕਿਕ ਟਰਕਿਸ਼ ਹੁਕਮਰਾਨ, ਟਰਕਿਸ਼ ਮੁਗਲ ਹੁਕਮਰਾਨ, ਇਹ ਜਿਹੜੇ ਲੋਕਲ ਕਨਵਰਟਡ ਮੁਸਲਮਾਨ ਸਨ ਉਹਨਾਂ ਨੂੰ ਕਹਿੰਦੇ ਜੁਲਾਇਆ ਸਨ। ਸੋ ਜੁਲਾਇਆ ਇੱਕ ਡਿਮੀਨਿੰਗ ਟਰਮ ਸੀ, ਬਟ ਹਾਂ ਡਿਮੀਨਿੰਗ ਹੋਈ ਨਾ, ਨੀਚ ਕਿਸਮ ਦਾ, ਨੀਚ ਕਿਸਮ ਦਾ, ਕਿਉਂਕਿ ਇਹ ਆਏ ਸਨ ਰੂਲਰ ਦੇ ਤੌਰ ਤੇ, ਤੇ ਜਿਹੜੇ ਇੰਡੀਜਨਸ ਸਨ ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਸਨ, ਕਿਉਂਕਿ ਸ਼ਾਹ ਹੁਸੈਨ ਦਾ ਪਿਓ ਕਨਵਰਟ ਹੋਇਆ ਸੀ, ਔਰ ਮੇਰਾ ਖਿਆਲ ਹੈ ਅਸੀਂ ਸਾਡੀ ਪੁਰਾਣੀ ਜਿਹੜੀ ਵੀਡੀਓਜ਼ ਹੈ ਉਸ 'ਚ ਗੁਫ਼ਤਗੂ ਇਹ ਹੋਈ ਸੀ ਕਿ ਬਾਬਾ ਨਾਨਕ ਦੇ ਬਾਅਦ ਸ਼ਾਹ ਹੁਸੈਨ ਇੰਡੀਜਨਸ ਸ਼ਾਇਰ ਹੈ ਜਿਹੜਾ ਉੱਥੇ ਦੀ ਜਾਨ ਵੱਲ ਉੱਥੇ ਦੇ ਸਾਰਾ, ਔਰ ਇਹ ਤਾਂ ਮੈਂ ਇਹ ਤਾਂ ਦਿਲਚਸਪ ਗੱਲ ਦੱਸਾਂ ਕਿ ਵੈਸੇ ਤਾਂ ਬਹੁਤ ਸਾਰੀਆਂ ਤਸਕਰੀਆਂ 'ਚ ਇਹ ਹੈਗਾ ਕਿ ਜਿਸ ਸਾਲ ਬਾਬਾ ਨਾਨਕ ਦੀ ਵਫਾਤ ਹੋਈ ਉਸੇ ਸਾਲ ਸ਼ਾਹ ਹੁਸੈਨ ਪੈਦਾ ਹੋਇਆ, ਲੇਕਿਨ ਵੈਸੇ ਉਹ ਇਹ ਹੈ ਕਿ ਸ਼ਾਹ ਹੁਸੈਨ 1538 'ਚ ਪੈਦਾ ਹੋਇਆ ਅਤੇ ਬਾਬਾ ਨਾਨਕ 1539 'ਚ ਮਰਿਆ। ਸੋ ਮਤਲਬ ਉਹ ਉਹਨਾਂ ਦਾ ਮਰਨ ਉਹਨਾਂ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ, ਅੱਗੇ ਕੰਟੀਨਿਊਟੀ ਐਕਸੈਪਟ ਹੈ ਕਿ ਇਹ ਸ਼ਹਿਰ 'ਚ ਰਹਿ ਰਹੇ ਨੇ ਔਰ ਸ਼ਹਿਰ ਦੀ ਜਿਹੜੀ ਉਹ ਸਾਰੀ ਇੰਟਰੀਕੇਸਿਸ ਨੇ ਉਸਨੂੰ ਡੀਲ ਕਰ ਰਹੇ ਨੇ, ਕਿਉਂਕਿ ਜੋ ਸ਼ਾਹ ਹੁਸੈਨ ਨੇ ਲਿਖਿਆ ਉਦੋਂ ਉਹ ਅੱਜ ਵੀ ਤੁਹਾਨੂੰ ਸਮਝਿਆ ਜਾ ਸਕਦਾ, ਉਹ ਅੱਜ ਵੀ ਤੁਸੀਂ ਉਹਦੇ ਜਿਹੜੇ ਵਰਡਸ ਨੇ ਉਸਨੂੰ ਤੁਸੀਂ ਸਮਝ ਸਕਦੇ ਹੋ, ਕੋਈ ਇਤਨੇ ਔਖੇ ਨਹੀਂ ਹੈਗੇ ਜਿਤਨੇ ਬਾਕੀ ਦੂਸਰੇ। ਹਾਂ, ਬਹੁਤ ਮਤਲਬ ਕੰਟੈਂਪਰੀ ਲੈਂਗੁਏਜ ਹੈ ਇਹ। ਅੱਛਾ, ਇਹ ਵੀ ਕਿਉਂ ਹੈ, ਮਤਲਬ ਦੇਖੋ ਨਾ ਉਹ ਕਿੱਥੇ 16th ਸੈਂਚਰੀ, ਕਿੱਥੇ ਹੁਣ 21ਵੀਂ ਸਦੀ ਆ ਗਈ ਹੈ। ਲੇਕਿਨ ਉਹ ਤੋਂ ਇਹ ਪਤਾ ਲੱਗਦਾ ਕਿ ਜਿਹੜੀ ਅਰਬਨ ਜ਼ਬਾਨ ਹੈ ਉਹਦੇ ਵਿੱਚ ਕੋਈ ਓਨਾ ਫਰਕ ਨਹੀਂ ਹੈ, ਮਤਲਬ ਫਰਕ ਤਾਂ ਆਇਆ ਉਹਦੇ 'ਚ ਕਾਫੀ, ਕਿਉਂਕਿ ਬਹੁਤ ਸਾਰੇ ਐਸੇ ਲਫ਼ਜ਼ ਨੇ ਜਿਹੜੇ ਸ਼ਾਹ ਹੁਸੈਨ ਦੇ ਲੋਕਾਂ ਨੂੰ ਆਮ ਗੁਫ਼ਤਗੂ 'ਚ ਨਹੀਂ ਆਉਂਦੇ, ਆਮ ਬੋਲ ਚਾਲ 'ਚ ਨਹੀਂ ਆਉਂਦੇ, ਇਸ ਲਈ ਤਾਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ। ਕਹੇ ਹੁਸੈਨ ਫਕੀਰ ਰਮਾਣਾ ਮੈਂ ਨਾ ਹੀ ਸਭ ਤੂੰ, ਹੁਣ ਮਤਲਬ ਇਹਦੇ 'ਚ ਕੋਈ ਸੈਂਸ ਨਹੀਂ ਹੈਗੀ ਕਿ ਮੈਂ ਨਹੀਂ ਹਾਂ ਔਰ ਸਾਰਾ ਕੁਝ ਤੂੰ ਹੈ ਔਰ ਅੰਦਰ ਵੀ ਤੂੰ ਹੈ ਅਤੇ ਬਾਹਰ ਵੀ ਤੂੰ ਹੈ। ਇਹ ਇਹ ਇਹਦਾ ਇਹ ਜਿਹੜੀ ਸਾਰੀ ਕਾਫੀ ਹੈ ਨਾ,
ਇਹਦਾ ਬੁਨਿਆਦ ਇਹ ਹੈਗੀ ਹੈ ਕਿ ਜਿਹੜੀ ਜਿੰਨਾ ਚਿਰ ਤੱਕ ਤੁਸੀਂ ਆਪਣੀ ਮੈਂ ਜਿਹੜੀ ਹੈ ਉਹਨੂੰ ਨਹੀਂ ਮਾਰਦੇ, ਤੁਸੀਂ ਸਬਮਿਟ ਨਹੀਂ ਕਰਦੇ ਆਪਣੇ ਆਪ ਨੂੰ ਕਾਇਨਾਤੀ ਪੂਰੀ ਯੂਨੀਵਰਸਲ ਹਸਤੀ ਦੇ ਸਾਹਮਣੇ, ਆਪਣੇ ਆਪ ਨੂੰ ਜਿਹੜੀ ਕਿ ਕਈ ਰੰਗਾਂ ਦੇ ਵਿੱਚ ਤੁਹਾਡੇ ਸਾਹਮਣੇ ਜ਼ਾਹਰ ਹੁੰਦੀ ਹੈ, ਜਿੰਨਾ ਚਿਰ ਤੱਕ ਤੁਸੀਂ ਆਪਣੇ ਆਪ ਨੂੰ ਸਬਮਿਟ ਨਹੀਂ ਕਰਦੇ ਤੁਹਾਡੇ ਅੰਦਰ ਦਾ ਬੂਹਾ ਨਹੀਂ ਖੁੱਲਦਾ। ਬਟ ਵੀ ਹੈਵ ਯੈਟ ਟੂ ਡਿਫਾਈਨ ਹੂ ਦੈਟ ਯੂਨੀਵਰਸਲ ਹਸਤੀ ਹੈ। ਉਹ ਹੈ ਤੁਹਾਡਾ ਇਸ਼ਕ ਵੀ ਹੋ ਸਕਦਾ, ਤੁਹਾਡਾ ਪ੍ਰੇਮ ਵੀ ਹੋ ਸਕਦਾ, ਤੁਹਾਡੇ ਜਿਸ ਕਿਸੇ ਕੁੜੀ ਨਾਲ ਤੁਹਾਡਾ ਇਸ਼ਕ ਹੈ ਉਹ ਵੀ ਹੋ ਸਕਦਾ, ਤੁਹਾਡੀ ਆਪਣੀ ਔਲਾਦ ਦੇ ਨਾਲ ਹੋ ਸਕਦਾ। ਮਤਲਬ ਇਹ ਤਾਂ ਡਿਫਾਈਨ ਨਹੀਂ ਹੈਗਾ, ਇਹ ਤੁਸੀਂ ਆਪ ਡਿਫਾਈਨ ਕਰਨਾ ਅੰਦਰ ਕੌਣ ਹੈ ਬਾਹਰ ਕੌਣ ਹੈ। ਨਹੀਂ ਉਹ ਉਹਦਾ ਮਤਲਬ ਇਹ ਹੈ ਕਿ ਇੱਕ ਜਿਹੜੀ ਇੱਕ ਇੱਕ ਜਿਹੜਾ ਬਾਬੇ ਨਾਨਕ 'ਚ ਵੀ ਆਉਂਦਾ ਹੈ, ਬਾਬਾ ਫਰੀਦ 'ਚ ਵੀ ਆਉਂਦਾ, ਪੂਰੀ ਪੰਜਾਬੀ ਦੀ ਕਲਾਸੀਕਲ ਪੋਇਟਰੀ 'ਚ ਆਉਂਦਾ ਹੈ ਕਿ ਇੱਕ ਯੂਨੀਵਰਸਲ ਰਿਐਲਿਟੀ ਹੈ, ਹਿਸਟਰੀ ਹੈ ਜਿਹਨੂੰ ਅਸੀਂ ਹਿਸਟਰੀ ਵੀ ਕਹਿ ਸਕਦੇ ਹਾਂ, ਉਹ ਆਪਣੇ ਆਪਣੇ ਅਸੂਲਾਂ ਔਰ ਆਪਣੇ ਕਾਨੂੰਨਾਂ 'ਤੇ ਚੱਲ ਰਹੀ ਹੈ। ਠੀਕ ਹੈ, ਔਰ ਤੁਸੀਂ ਉਹਦੇ ਅੱਗੇ ਸਬਮਿਟ ਕਰਨਾ ਹੈ। ਹੁਣ ਦੇਖੋ ਨਾ, ਮੈਨੂੰ ਇੱਥੇ ਮਸਲਾ ਹੋ ਰਿਹਾ। ਹੁਣ ਇਹ ਜਿਹੜਾ ਇਹ ਹੀ ਬਿਲਕੁਲ ਜਿਹੜਾ ਇਹ ਕੌਨਸੈਪਟ ਹੈ ਇਸਨੂੰ ਅਸੀਂ ਅਪਲਾਈ ਕਰਨੇ ਉੱਥੇ, ਲੇਕਿਨ ਇਹ ਵੈਸਟ 'ਚ ਜਾਂ ਯੂਰਪ 'ਚ ਜਾਂ ਅਮਰੀਕਾ 'ਚ ਇਹ ਸਬਮਿਸ਼ਨ ਨੇਚਰ ਦੇ ਅੱਗੇ ਨਹੀਂ ਹੁੰਦੀ। ਉਹ ਕਹਿੰਦੇ ਨੇ ਕਿ ਠੀਕ ਹੈ ਨੇਚਰ ਹੈ, ਲੇਕਿਨ ਉਹਦੇ ਮੁਤਾਬਿਕ ਹੀ ਉਸਨੂੰ ਉਹਦਾ ਹਿਸਾਬ ਕਿਤਾਬ ਲੈਂਦੇ ਨੇ, ਮੌਸਮ ਕਦੋਂ ਬਦਲ ਰਿਹਾ ਹੈ, ਕਿੱਥੇ ਜੰਗਲ ਬਣਾਉਣਾ ਹੈ, ਕਿੱਥੇ ਹਵਾ ਚੱਲਣੀ ਹੈ, ਕਿੱਥੇ ਤੇਜ਼ ਹੋਏਗੀ, ਕਿੱਥੇ ਘੱਟ ਹੋਏਗੀ, ਕਿੱਥੇ ਸਮੁੰਦਰ ਨੂੰ ਇੱਥੇ ਲੈ ਕੇ ਜਾਣਾ ਹੈ, ਕਿੱਥੇ ਨਹਿਰ ਨੂੰ ਉੱਥੋਂ ਕੱਢਣਾ ਹੈ, ਇਹ ਪੂਰੀ ਸਾਇੰਸ ਹੈ। ਸੋ ਅਗਰ ਸਾਡਾ ਜਿਹੜਾ ਇੱਕ ਜਿਹੜਾ ਸਾਊਥ ਏਸ਼ੀਅਨ ਕੌਨਸੈਪਟ ਹੈ ਉਹ ਤਾਂ ਇਹ ਹੈ ਕਿ ਕੋਈ ਹੈ ਔਰ ਉਹਦੇ ਅੱਗੇ ਤੁਸੀਂ ਸਬਮਿਟ ਕਰ ਦਿਓ ਔਰ ਬਸ ਉਹ ਨੇਚਰ ਹੈ ਜੋ ਕਰ ਰਹੀ ਹੈ। ਮਤਲਬ ਤੁਸੀਂ 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 ਮੈਂ ਇਹ ਸਮਝਣਾ ਚਾਹ ਰਿਹਾ। ਨਹੀਂ ਇਹ ਨਹੀਂ ਹੈਗਾ, ਇਹਦਾ ਮਤਲਬ ਇਹ ਹੈਗਾ ਕਿ ਇੱਕ ਇੱਕ ਰੱਬੀ ਨਿਜ਼ਾਮ, ਇੱਕ ਨਿਜ਼ਾਮ ਜਿਹੜਾ ਹੈ ਪੂਰੀ ਕਾਇਨਾਤ ਦਾ ਉਹ ਜਾਰੀ ਹੈ, ਜਾਰੀ ਉਹ ਸਾਰੀ ਹੈ, ਉਹਦੇ ਆਪਣੇ ਅਸੂਲ ਨੇ, ਉਹਦੇ ਆਪਣੇ ਕਾਨੂੰਨ ਨੇ, ਉਹਨੇ ਕਿਹਨੂੰ ਉੱਤੇ ਕਰਨਾ ਕਿਹਨੂੰ ਥੱਲੇ ਕਰਨਾ ਇਹ ਉਹਦੇ ਮੁਤਾਬਕ ਚੱਲਦਾ ਹੈ। ਅਤੇ ਤੁਸੀਂ ਉਸ ਦੇ ਸਾਹਮਣੇ ਜਿਹੜੀ ਹੈ ਉਸ ਹਕੀਕਤ ਦੇ ਸਾਹਮਣੇ ਆਪਣੀ ਮੈਂ ਨੂੰ ਮਾਰ ਕੇ ਹੀ ਉਹਨੂੰ ਸਮਝ ਸਕਦੇ ਹੋ। ਪੰਜਾਬੀ ਦੀ ਕਿ ਅੜਿਆ ਜਿਹੜਾ ਹੈ ਉਹ ਤੁਹਾਡਾ ਇੱਕ ਪ੍ਰੇਮ ਦਾ, ਇੱਕ ਪਿਆਰ ਦਾ, ਇੱਕ ਇਸ਼ਕ ਦਾ, ਤੁਸੀਂ ਇੱਕ ਵਾਰੀ ਕਾਫੀ ਪੜ੍ਹਦੇ ਹੋ ਨਾ, ਇੱਕ ਯਾਰ ਦਾ ਜਿਹੜਾ ਹੋਇਆ, ਰਾਤ ਅੰਧੇਰੀ ਬੱਦਲ ਕਣੀਆਂ ਬਾਜ ਵਕੀਲਾ ਮੁਸ਼ਕਿਲ ਬਣੀਆਂ ਬਾਅਦ ਵਕੀਲਾ ਮੁਸ਼ਕਿਲ ਬਣੀਆਂ ਡਾਢੇ ਕੀਤਾ ਸੰਡਵੇ ਅੜਿਆ ਇਸ਼ਕ ਮੁਹੱਬਤ ਇਸ਼ਕ ਮੁਹੱਬਤ ਸੋਈ ਜਾਣ ਸੋਈ ਜਾਣ ਪਈ ਜਨਾ ਦੇ ਹੱਡਵੇ ਅੜਿਆ ਕੱਲ ਕੱਠਣ ਖੂੜੀ ਜੀਨਾ ਰੇਤ ਨਾ ਗੱਡਵੇ ਅੜਿਆ ਨਿਤ ਭਰਾਈ ਨਿਤ ਭਰਨਾ ਏ ਛੁੱਟੀਆਂ ਨਿਤ ਭਰਨਾ ਏ ਛੁੱਟੀਆਂ ਇੱਕ ਦਿਨ ਜਾਸੀ ਛੱਡਵੇ ਅੜਿਆ ਇੱਕ ਦਿਨ ਜਾਸੀ ਛੱਡਵੇ ਅੜਿਆ ਕਹੇ ਹੁਸੈਨ ਫਕੀਰ ਨੇ ਮਾਣਾ ਨੈਣ 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 ਨਾਲ ਗੱਡਵੇ ਅੜਿਆ। ਹੁਣ ਪਹਿਲੇ ਤਾਂ ਇਹਦੀ ਇਹਨੂੰ ਕਰੋ ਨਾ, ਇਹਦੇ ਪੇਟ ਦੇ ਲਫ਼ਜ਼ਾਂ ਦੀ ਮਤਲਬ ਕੀ ਹੈ? ਠੀਕ ਹੈ, ਸੱਜਣ ਦੀ ਹੱਥ ਬਾਂਹ ਸਾਡੀ ਇਹ ਤੇ ਆ ਗਿਆ ਨਾ ਪਤਾ ਇਹ ਤੇ ਹੋ ਗਿਆ ਕਿਵੇਂ ਅੱਖਾਂ ਛੱਡਵੇ ਅੜਿਆ ਕਿਉਂ ਕਰ ਅੱਖਾਂ ਛੱਡਵੇ ਅੜਿਆ ਮੈਂ ਕਿਵੇਂ ਅੱਖਾਂ ਰਾਤ ਹਨੇਰੀ ਬੱਦਲ ਕਣੀਆਂ ਠੀਕ ਹੈ ਜੀ ਰਾਤ ਹਨੇਰੀ ਬੱਦਲ ਕਣੀਆਂ ਠੀਕ ਹੈ ਬਾਅਦ ਵਕੀਲਾਂ ਮੁਸ਼ਕਿਲ ਬਣੀਆਂ ਵਕੀਲ ਦਾ ਮਤਲਬ ਹੈ ਤੁਹਾਡੇ ਬਿਹਾਫ ਜਿਹੜਾ ਪਲੀਡ ਕਰਦਾ ਹੈ ਕਹਿੰਦਾ ਤੁਹਾਡਾ ਮਦਦਗਾਰ ਹੈ ਸੋ ਬਾਅਦ ਵਕੀਲਾਂ ਦਾ ਮਤਲਬ ਹੈ ਕਿ ਉਹਨਾਂ ਦੇ ਬਾਅਦ ਫਿਰ ਨਹੀਂ 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 ਉਹਨਾਂ ਤੋਂ ਬਗੈਰ ਅੱਛਾ ਉਹਨਾਂ ਤੋਂ ਬਗੈਰ ਵਕੀਲਾਂ ਤੋਂ ਬਗੈਰ ਬੜੀ ਮੁਸ਼ਕਿਲ ਬਣੀ ਹੈ ਕਿ ਮੈਂ ਕਨਵਿੰਸ ਕਿਵੇਂ ਕਰਾਂ ਬਾਅਦ ਵਕੀਲਾਂ ਮੁਸ਼ਕਿਲ ਬਣੀ ਆ ਡਾਢੇ ਕੀਤਾ ਸੱਢ ਵੇੜੇ ਯਾਨੀ ਮੇਰੇ ਕੋਲ ਇਹ ਵਕੀਲ ਵੀ ਨਹੀਂ ਹੈਗੇ ਜਿਹੜੇ ਇਹ ਆਗੂ ਕਰਨ ਕਿ ਵੀ ਮੈਂ ਨਹੀਂ ਆ ਸਕਦਾ ਠੀਕ ਹੈ ਅਤੇ ਡਾਢੇ ਦਾ ਹੁਕਮ ਹੈ ਜਿਹੜਾ ਜ਼ਬਰਦਸਤ ਹੈ
ਡਾਢੇ ਦਾ ਮਤਲਬ ਜ਼ਬਰਦਸਤ ਠੀਕ ਹੈ ਡਾਢੇ ਕੀਤਾ ਸਾਡੇ ਸਾਡੇ ਅੜਿਆ ਸਾਧਿਆ ਉਹਨੇ ਸੱਦਿਆ ਇਸ਼ਕ ਮੁਹੱਬਤ ਇਸ਼ਕ ਮੁਹੱਬਤ ਸੋਈ ਜਾਣਨ ਸੋਈ ਜਾਣਨ ਪਈ ਜਿਨ੍ਹਾਂ ਦੇ ਹਾਰਡਵੇਅਰ ਅੜਿਆ ਇਸ਼ਕ ਮੁਹੱਬਤ ਜਿਹੜਾ ਹੈ ਉਹਦਾ ਕੋਈ ਅਕੈਡੈਮਿਕ ਉਹਦੀ ਅਕੈਡੈਮਿਕ ਸਮਝ ਨਹੀਂ ਹੋ ਸਕਦੀ ਕੋਈ ਫਾਰਮੂਲਾ ਨਹੀਂ ਹੈ ਕੋਈ ਫਾਰਮੂਲਾ ਨਹੀਂ ਹੈ ਜਿਹਨੂੰ ਤੁਸੀਂ ਸਮਝ ਇਹ ਹੱਡੀਆਂ 'ਚ ਵਸੀ ਜਿਹੜੀ ਨਹੀਂ ਜਿਹੜਾ ਜਿਹਦੀਆਂ ਹੱਡੀਆਂ 'ਚ ਵਸੀ ਹੈ ਉਹਨੂੰ ਹੀ ਸਮਝ ਆਉਂਦੀ ਹੈ ਇਹ ਉਹ ਹੈ ਜਿਹੜਾ ਕਿ ਐਗਜ਼ਿਸਟੈਂਸ਼ੀਅਲ ਐਕਸਪੀਰੀਅੰਸ ਹੈ ਇਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਇਹ ਕੋਈ ਅਕੈਡੈਮਿਕ ਥਿਊਰੀ ਨਹੀਂ ਹੈ ਜਿਵੇਂ ਕਿ ਸਾਡੇ ਪ੍ਰੋਫੈਸਰ ਕਰਦੇ ਨੇ ਨਾ ਹੱਡ ਹੱਡ 'ਤੇ ਡਿਪੈਂਡ ਕਰਦਾ ਹਾਂਜੀ ਹੱਡ ਹੱਡ 'ਤੇ ਅਗਲੀ ਕੀ ਰਾਇ ਨੇ ਕਲਰ ਖੱਟਣ ਖੂੜੀ ਖੂੜੀ ਚੀਨਾ ਰੇਤ ਨਾ ਗੱਡ ਵਿਆੜਿਆ ਚੀਨਾ ਜਿਹੜਾ ਉਹ ਗ੍ਰੇਨ ਹੈ ਇੱਕ ਤਰ੍ਹਾਂ ਦਾ ਅਨਾਜ ਹੈ ਤੇ ਉਹਨੂੰ ਤੂੰ ਰੇਤ ਵਿੱਚ ਗੱਡੇਗਾ ਤੇ ਰੇਤ ਵਿੱਚ ਬੋਏਗਾ ਤੇ ਉਹ ਨਹੀਂ ਹੋਣਾ ਜੇ ਛੁੱਟੀਆਂ ਪੜੀਏ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਤੂੰ ਚੁੰਗੀਆਂ ਮਾਰ ਰਿਹਾ ਹੈ ਜਿਹੜਾ ਤੂੰ ਜੰਪ ਰਾਊਂਡ ਕਰ ਰਿਹਾ ਹੈ ਉਛਲ ਕੂਦ ਕਰ ਰਿਹਾ ਇੱਕ ਦਿਨ ਛੱਡ ਜਾਏਗਾ ਅਤੇ ਜੇ ਇਹਨੂੰ ਛੱਟੀਆਂ ਪੜ੍ਹੀਏ ਨਾ ਤਾਂ ਛੱਟੀਆਂ ਮਤਲਬ ਹੁੰਦਾ ਹੈ ਜਿਹੜੀ ਉਹ ਜਿਹੜਾ ਹੁੰਦਾ ਨਾ ਖੋਤਾ ਉਹਦੇ ਉੱਤੇ ਜਿਹੜੀ ਪਾਈ ਜਾਂਦੀ ਹੈ ਨਾ ਵਜ਼ਨ ਦੋਵੇਂ ਪਾਸੇ ਉਹਦੇ ਹੁੰਦਾ ਹੈ ਉਹਨੂੰ ਛੱਟ ਕਹਿੰਦੇ ਅੱਛਾ ਠੀਕ ਹੈ ਹਾਂਜੀ ਜੇਕਰ ਇਹਨੂੰ ਛੱਟੀਆਂ ਪੜ੍ਹੀਏ ਨਾ ਇਹਦਾ ਮਤਲਬ ਹੈ ਕਿ ਜਿਹੜਾ ਜਿਹੜਾ ਤੂੰ ਸਮਾਨ ਇਕੱਠਾ ਕਰ ਰਿਹਾ ਇਹਨਾਂ ਸਾਰਾ ਕੁਛ ਛੱਡ ਕੇ ਤੂੰ ਚੱਲ ਜਾਣਾ ਅਗਲਾ ਕੀ ਹੈ ਜੀ ਕਿਉਂ ਛੱਡ ਜਾਣਾ ਕਿਤੇ ਚਲੇ ਜਾਣਾ ਮਤਲਬ ਇਹ ਕਿ ਮਰ ਜਾਣਾ ਤੇ ਫਿਰ ਉਹ ਕੀ ਹੈ ਜਿਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਹੋ ਰਹੀ ਕੀ ਮਤਲਬ ਇਹ ਜਿਹੜੀ ਇਹ ਛੱਟੀਆਂ ਨੇ ਉਹ ਕੀ ਚੀਜ਼ ਹੈ ਨਹੀਂ ਨਹੀਂ ਛੱਟੀਆਂ ਤਾਂ ਉਹ ਵਜ਼ਨ ਤੁਹਾਡਾ ਬੇਸਿਕ ਐਕੂਮੂਲੇਸ਼ਨ ਦਾ ਕਾਨਸੈਪਟ ਹੈ ਨਾ ਅੱਛਾ ਠੀਕ ਹੈ ਕਹੇ ਹੁਸੈਨ ਫਕੀਰ ਨੇ ਮਾਣਾ ਨੈਣ ਨੈਣਾ ਨਾਲ ਗੱਡ ਵੇੜਿਆ ਮਤਲਬ ਇਹ ਹੈ ਕਿ ਸਿੱਧੀ ਜਿਹੜੀ ਹੈ ਨਾ ਨੈਣ ਨੈਣਾਂ ਨਾਲ ਗੜਬੜਿਆ ਅੱਖਾਂ ਨਾਲ ਅੱਖਾਂ ਮਿਲਾ ਮਤਲਬ ਇਹ ਹੈ ਕਿ ਵਿੱਚ ਵਿਚੋਲਾ ਕੋਈ ਨਹੀਂ ਹੈ ਕਿਸੇ ਦੇ ਥਰੂ ਨਹੀਂ ਹੁੰਦਾ ਡਾਇਰੈਕਟਿਵ ਇਹ ਡਾਇਰੈਕਟ ਹੁੰਦਾ ਇਹਦੇ ਇਹ ਮੌਲਵੀਆਂ ਪੰਡਿਤਾਂ ਬਾਕੀਆਂ ਦੇ ਉੱਤੇ ਇਹ ਟੋਕ ਵੀ ਹੈ ਇਹ ਤੰਜ਼ ਵੀ ਹੈ ਜਿਹੜੇ ਕਹਿੰਦੇ ਨੇ ਕਿ ਜਿਹੜਾ ਰੱਬ ਹੈ ਜਾਂ ਜਿਹੜੀ ਹਕੀਕਤ ਹੈ ਉਹ ਮਖਸੂਸ ਰਿਚੁਅਲ ਦੇ ਥਰੂ ਜਿਹੜੀ ਹੈ ਉਹ ਹਾਸਲ ਕੀਤੀ ਜਾਏਗੀ ਅਤੇ ਇਹ ਸ਼ਾਹ ਹੁਸੈਨ ਕਹਿ ਰਿਹਾ ਕਿ ਇੰਝ ਨਹੀਂ ਹੁੰਦਾ ਇਹ ਤੁਹਾਡਾ ਇਹ ਬਿਲਕੁਲ ਸਿੱਧਾ ਆਪਣਾ ਜ਼ਾਤੀ ਇਸ਼ਕ ਹੈ ਅੱਛਾ ਨਹੀਂ ਲੇਕਿਨ ਕੰਟਰੋਵਰਸੀ ਵਿਦਿਨ ਐਸੇ ਹੀ ਕਾਫੀ 'ਚ ਨਹੀਂ ਆ ਗਈ ਕਿ ਇੱਕ ਵਾਰ ਕਹਿੰਦੇ ਬਾਅਦ ਵਕੀਲਾਂ ਮੁਸ਼ਕਲ ਬਣੀਆਂ ਆਪ ਵਕੀਲ ਚਾਹ ਵੀ ਰਹੇ ਨੇ ਤੁਹਾਨੂੰ ਵਕੀਲ ਨਹੀਂ ਹੈਗਾ ਅਤੇ ਬੜੀ ਔਖਾ ਪੈ ਗਿਆ ਕੰਮ ਲੇਕਿਨ ਨਾਲ ਇਹ ਕਹਿ ਰਹੇ ਨੇ ਕਿ ਫਿਰ ਮਤਲਬ ਨੈਣ ਨੈਣਾ ਨਾਲ ਗੱਡ ਵਿਹੜਿਆ ਫਿਰ ਡਾਇਰੈਕਟ ਮਤਲਬ ਵਕੀਲ ਮਤਲਬ ਉਹਦਾ ਵੀ ਇਹੋ ਹੀ ਹੈ ਕਿ ਵਕੀਲ ਤਾਂ ਕੋਈ ਨਹੀਂ ਇਹਦੇ 'ਚ ਪਰ ਮੁਸ਼ਕਲ ਤਾਂ ਪੈ ਗਈ ਨਹੀਂ ਮੁਸ਼ਕਲ ਤਾਂ ਹੈ ਹਾਂ ਅਤੇ ਫਿਰ ਉਹ ਨਾਲ ਕਹਿ ਰਹੇ ਨੇ ਕਿ ਜਨਾਬ ਮਤਲਬ ਇਹ ਹੈ ਕਿ ਤੂੰ ਇਹੋ ਹੀ ਤਾਂ ਗੱਲ ਹੈ ਕਿ ਬਈ ਵਕੀਲ ਕੋਈ ਨਹੀਂ ਹੋਣਾ ਇਹਦੇ 'ਚ ਤੇਰਾ ਅੱਛਾ ਕਿਉਂਕਿ ਡਾਢੇ ਨੇ ਸੱਦਿਆ ਹੈ ਭਾਵੇਂ ਜਿੰਨੀ ਮੁਸ਼ਕਲ ਪੈ ਗਈ ਭਾਵੇਂ ਜਿੰਨੀ ਮੁਸ਼ਕਲ ਹੋ ਨੈਣ ਨੈਣਾਂ ਨਾਲ ਗੱਡ ਹੋਇਆ ਅੱਛਾ ਇਹ ਬੜੀ ਖੂਬਸੂਰਤੀ ਹੈ ਸ਼ਾਹ ਹੁਸੈਨ ਦੇ ਕਲਾਮ ਵਿੱਚ ਕਿ ਉਹ ਮਤਲਬ ਦੇਖੋ ਨਾ ਹੁਣ ਅਸੀਂ ਸ਼ੁਰੂ ਹੋਏ ਸਾਂ ਉਹ ਹਾਲ ਦਾ ਮਹਿਰਮ ਤੂੰ ਹੈ ਤੂੰ ਲੈ ਕੇ ਹੁਣ ਇੱਥੇ ਤੱਕ ਸਹੀ ਅਤੇ ਨੈਣਾ ਤੱਕ ਆ ਗਿਆ ਹੁਣ ਅਗਲੇ ਹੀ ਇੱਕ ਹੋਰ ਉਹ ਕਹਿ ਰਹੇ ਨਹੀਂ ਸਹੀ ਹੋ ਅਸੀਂ ਨਿਆਣਾ ਦੇ ਆਖੇ ਲੈ ਗਏ ਕਿ ਨਾਲ ਉਹ ਕਹਿ ਰਹੇ ਕਿ ਨੈਣ ਆਪ ਤੁਹਾਨੂੰ ਬੁਲਾਉਣੇ ਪੈਣਗੇ ਅਤੇ ਨਾਲ ਫਿਰ ਸਾਲ ਨਾਲ ਹੀ ਫਿਰ ਐਡਮਿਸ਼ਨ ਵੀ ਆ ਗਿਆ ਕਿ ਨਹੀਂ ਸਹੀ ਹੋ ਅਸੀਂ ਨਿਆਣਾ ਦੇ ਆਖੇ ਸਾਰੀ ਆਟੋਨਮੀ ਨੂੰ ਸਾਰੀ ਤੁਹਾਡੀ ਬਾਇਓਲੋਜੀ ਨੂੰ
ਕਿ ਤੁਸੀਂ ਅੱਖਾਂ ਦੇ ਆਖੇ ਵੀ ਲੱਗ ਰਹੇ ਹੋ, ਨੈਣਾਂ ਦੇ ਆਖੇ ਵੀ ਲੱਗ ਰਹੇ ਹੋ, ਔਰ ਇਹ ਕਿ ਤੁਹਾਨੂੰ ਵਕੀਲ ਵੀ ਕੋਈ ਨਹੀਂ ਮਿਲੇਗਾ ਔਰ ਤੁਹਾਨੂੰ ਕਰਨਾ ਸਾਰਾ ਕੁਝ ਆਪ ਵੀ ਕਰੇਗਾ, ਬੜੀ ਵੈਰੀ ਐਟ ਟਾਈਮ ਇਟਸ ਵੈਰੀ ਸਾਇੰਟੀਫਿਕ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਨੈਣ ਨੰਨਾਂ ਨਾਲ ਘੱਟ ਵੀ ਅੜੇ ਆ ਅਤੇ ਅਸੀਂ ਨੈਣਾਂ ਦੇ ਆਖੇ ਲੱਗ, ਉਹ 'ਚ ਵੀ ਇੱਕ ਅੱਖਾਂ ਚਾਰ ਹੋਈਆਂ, ਨੈਣ ਨੰਨਾਂ ਕੱਢੇ ਗਏ। ਅੱਛਾ, ਪਹਿਲੇ ਕਹਿ ਰਹੇ ਕਿ ਗੱਡ ਆਪ ਗੱਡ, ਉਸ ਤੋਂ ਬਾਅਦ ਕਹਿ ਰਹੇ ਕਿ ਹੁਣ ਅਸੀਂ ਉਹਨਾਂ ਦੇ ਆਖੇ ਲੱਗੇ, ਹੁਣ ਗੱਡੇ ਗਏ ਨੇ ਅਤੇ ਫਿਰ ਗੱਡੇ ਗਏ ਨੇ ਅਤੇ ਅਸੀਂ ਉਹਨਾਂ ਦੇ ਆਖੇ ਲੱਗੇ, ਠੀਕ ਹੋ ਗਿਆ। ਮੈਂ ਦੈਟ ਵਾਜ਼ ਮਾਈ ਪੁਆਇੰਟ ਕਿ ਨਹੀਂ ਸਹੀ ਹੋ, ਅਸੀਂ ਨੈਣਾਂ ਦੇ ਆਖੇ ਲੱਗੇ, ਜਿਹਨਾਂ ਪਾਕ ਨਿਗਾਹਾਂ ਹੋਈਆਂ ਨਾਲ ਹੀ ਪਾਕ ਕਰਦਾ ਨਾ, ਨਹੀਂ ਜਿਹਨਾਂ ਪਾਕ ਨਿਗਾਹਾਂ ਹੋਈਆਂ ਸਹਿ ਕਹੀਂ ਨਾ ਜਾਂਦੇ, ਨਹੀਂ ਜਾਂਦੇ ਠੀਕੇ, ਯਾਨੀ ਜਿਹਨਾਂ ਦੀਆਂ ਨਿਗਾਹਾਂ ਅੱਖਾਂ ਪਹਿਲੇ ਤਾਂ ਨਾ ਕਿ ਅੱਖਾਂ ਦੇ, ਅਸੀਂ ਅੱਖਾਂ ਦੇ ਆਖੇ ਲੱਗੇ। ਹੁਣ ਇਹ ਕਿ ਜੇ ਜਿਹੜੀਆਂ ਅੱਖਾਂ ਪਾਕ ਹੋ ਗਈਆਂ, ਸਾਫ ਹੋ ਗਈਆਂ, ਉਹਨਾਂ ਨੂੰ ਕੋਈ ਠੱਗ ਨਹੀਂ ਸਕਦਾ। ਲੱਗਣ ਦੇ ਬਾਅਦ ਹੀ ਪਾਕ ਹੋਈਆਂ, ਲੱਗਣ ਤੋਂ ਬਾਅਦ ਪਾਕ ਹੋਈਆਂ, ਲੱਗੇ ਲੱਗਣਾ ਜ਼ਰੂਰੀ ਸੀ ਉਹਨਾਂ ਦਾ, ਇਸ ਤੋਂ ਬਾਅਦ ਉਹ ਪਾਕ ਹੋਈਆਂ ਨੇ, ਔਰ ਪਾਕ ਹੋ ਕੇ ਹੁਣ ਠੱਗੀਆਂ ਨਹੀਂ ਜਾ ਸਕਦੇ। ਸਫੇਦੀ ਕਾਲੇ ਪੱਟ ਨਾ ਚੜ੍ਹੇ ਸਫੇਦੀ, ਕਾਗ ਨਾ ਥੀਂਦੇ ਬੱਗੇ। ਹਾਂਜੀ, ਇਹਦਾ ਮਤਲਬ ਹੈ ਕਿ ਜਿਹੜਾ ਕਾਲੇ ਰੰਗ ਦਾ ਰੇਸ਼ਮ ਹੈ, ਪੱਟ ਦਾ ਮਤਲਬ ਹੁੰਦਾ ਰੇਸ਼ਮ, ਯਾਨੀ ਕਾਲੇ ਰੰਗ ਦਾ ਜਿਹੜਾ ਰੇਸ਼ਮ ਹੈ ਉਹਦੇ ਉੱਤੇ ਸਫੈਦੀ ਨਹੀਂ ਚੜ੍ਹਦੀ। ਜਿਵੇਂ ਨਾਲ ਮਿਸਾਲ ਹੈ ਕਿ ਜਿਵੇਂ ਕਾਂ ਤੇ ਕਾਂ, ਕਾਲੇ ਜਿਹੜੇ ਨੇ ਉਹ ਚਿੱਟੇ ਨਹੀਂ ਹੋ ਸਕਦੇ, ਸਫੈਦ ਨਹੀਂ ਹੋ ਸਕਦੇ। ਸੱਚ, ਹਾਂਜੀ, ਮਤਲਬ ਇਹ ਹੈ ਕਿ ਹਾਂਜੀ ਅਲਟੀਮੇਟ ਟਰੂਥ ਜੀ। ਸ਼ਾਹ ਹੁਸੈਨ ਸ਼ਹਾਦਤ ਪਾਈ ਜੋ ਮਰਨ ਮਿੱਤਰਾਂ ਦੇ ਕੇ, ਇਹ ਬੜੀ ਸੋਹਣੀ ਲਾਈਨ। ਹਾਂਜੀ, ਮਿੱਤਰ ਤੁਹਾਨੂੰ ਆਪ ਡਿਫਾਈਨ ਕਰਦਾ ਪਏਗਾ। ਹਾਂਜੀ, ਮਤਲਬ ਜਿਹੜਾ ਮਿੱਤਰਾਂ ਦੇ ਅੱਗੇ ਮਰ ਜਾਵੇ ਉਹ ਸ਼ਹਾਦਤ ਜਿਹੜੀ ਹੈ ਉਹਦਾ ਉਹਦਾ ਦਰਜਾ ਹੀ ਹੋਈ। ਅੱਛਾ, ਅਗਲੀ ਅਸੀਂ ਜਿਹੜੀ ਸਿਲੈਕਟ ਕੀਤੀ ਹੈ ਉਹਦੇ 'ਚ ਹੈ ਕਿ ਜੀ, ਖੂਮ ਚਰਖੜਾ ਤੇਰੀ ਕੱਤਣ ਵਾਲੀ ਜੀਵੇ, ਨਲੀਆਂ ਵੱਟਣ ਵਾਲੀ ਜੀਵੇ, ਬੁੱਢਾ ਹੋਇਓ ਸ਼ਾਹ ਹੁਸੈਨਾ, ਡੰਡੀ ਛੀਰਾਂ ਪਈਆਂ। ਅਗੇਨ ਉਹੀ ਨਾ ਬਿਓਲੋਜੀ ਔਰ ਤੁਹਾਡੀ ਉਸ ਨੂੰ ਬੜੇ ਕਿ ਦੰਦੀ ਜੀਰਾਂ, ਪਹਿਲੇ ਇਹਦੇ ਗੱਲ ਕਰੋ ਸਾਰੇ, ਉਸ ਤੋਂ ਬਾਅਦ ਅੱਗੇ ਚੱਲਾਂਗੇ। ਮਤਲਬ ਇਹ ਹੈ ਕਿ ਬੁੱਢਾ ਹੋਇਓ ਸ਼ਾਹ ਹੁਸੈਨ, ਦੰਦੀ ਜੀਰਾਂ ਪਈਆਂ, ਜੀਰਾਂ ਤੋਂ ਮਤਲਬ ਜਿਹੜੀਆਂ ਨਾ ਝੁਰੀਆਂ ਪੈ ਗਈਆਂ ਨੇ, ਵਿੱਚ ਵਿੱਥਾਂ ਪੈ ਗਈਆਂ ਨੇ ਦੰਦਾਂ 'ਚ, ਦੰਦਾਂ 'ਚ ਜਿਵੇਂ ਬੰਦਾ ਬੁੱਢਾ ਹੁੰਦਾ ਜਾਂਦਾ ਨਾ, ਅਤੇ ਦੰਦਾਂ ਦੇ ਵਿੱਚ ਵਿੱਥ ਪੈਣਾ ਸ਼ੁਰੂ ਹੋ ਜਾਂਦੀ ਹੈ, ਅਤੇ ਦੰਦੀ ਜੀਰਾਂ ਪਈਆਂ, ਜੀਰ ਦਾ ਮਤਲਬ ਹੁੰਦਾ ਖਲੀਜ ਪੈਦਾ ਹੋ ਗਈ ਹੈ, ਉਹਦੇ ਵਿੱਚ ਵਿੱਥ ਪੈਦਾ ਹੋ ਗਈ ਹੈ, ਅਤੇ ਤੇਰੇ ਇਹ ਮਤਲਬ ਬੁੱਢਾ ਹੋਣ ਦਾ ਬੁੱਢਾ ਹੋ ਗਿਆ, ਇਹਨਾਂ 'ਚ ਬੁੱਢਾ ਹੋ ਗਿਆ। ਅਤੇ ਅਗਲੀ ਹੈਗੀ ਹੈ ਲਾਈਨ ਦੀ ਕਿ ਉੱਠ ਸਵੇਰੇ ਡੂੰਡਣ ਲੱਗੋ ਸਾਂਝਦੀਆਂ ਜੋ, ਸਾਂਝਦੀਆਂ ਜੋ, ਤੂੰ ਹੁਣ ਇਸ ਉਮਰ 'ਚ ਇੰਝ ਇਵੇਂ ਲੱਭ ਰਿਹਾ ਹੈ ਜਿਵੇਂ ਉਹ ਸ਼ਾਮ ਦੀਆਂ ਜਿਹੜੀਆਂ ਚੱਲ ਗਈਆਂ ਨੇ, ਸਾਂਝ ਦਾ ਮਤਲਬ ਹੈ ਸ਼ਾਮ, ਸ਼ਾਮ ਨੂੰ ਜਿਹੜੀਆਂ ਚੱਲੀਆਂ ਗਈਆਂ ਤੂੰ ਉਹਨਾਂ ਨੂੰ ਸਵੇਰੇ ਉੱਠ ਕੇ ਲੱਭ ਰਿਹਾ, ਉਹ ਤਾਂ ਪਤਾ ਨਹੀਂ ਕਿੱਥੇ ਪਹੁੰਚ ਚੁੱਕੀਆਂ। ਹਰਦਮ ਨਾਮ ਸੰਭਾਲ ਸਾਈਂ ਦਾ ਤਾਂ ਤੂੰ ਅਸਰ ਥੀ, ਅਸਰ ਥੀ, ਹਰਦਮ ਨਾਮ ਸੰਭਾਲ ਸਾਈਂ ਦਾ ਤਾਂ ਤੂੰ ਅਸਰ ਥੀ, ਠੀਕ ਹੈ, ਯਾਨੀ ਤੂੰ ਸਾਈਂ ਦਾ ਨਾਮ ਜਿਹੜਾ ਨਾ ਉਹਨੂੰ ਸੰਭਾਲ ਕੇ ਰੱਖ, ਉਹਦੇ ਨਾਲ ਜੁੜਿਆ ਰਹੋ, ਠੀਕ ਹੈ। ਇਹ ਅਗਰ ਇਹ ਹੋਏਗਾ ਤਾਂ ਫਿਰ ਤੂੰ ਅਸਰ ਦਾ ਮਤਲਬ ਹੈ ਸਾਫ, ਅਸਰ ਦਾ ਮਤਲਬ ਹੈ ਆਲਾ, ਸੁਥਰਾ, ਸੁਥਰਾ ਹੋਏਗਾ। ਚਰਖਾ ਬੋਲੇ ਸਾਈਂ ਸਾਈਂ, ਬਾਇੜ ਬੋਲੇ ਤੂੰ ਹੂੰ, ਕਹੇ ਫਕੀਰ ਸਾਈਂ ਦਾ ਮੈਂ ਨਾਹੀਂ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਾਹੀਂ ਸਭ ਤੂੰ। ਨਹੀਂ ਇਹ ਲੇਕਿਨ ਚਰਖਾ ਬੋਲੇ, ਅੱਛਾ ਹੁਣ ਜਿਹੜੀ ਚਰਖੇ ਦੀ ਵਿੱਚ ਮਿਸਾਲ ਹੈ ਕਿ ਉਹ ਕਹਿ ਰਿਹਾ ਸਾਈਂ ਸਾਈਂ, ਬਾਹਿੜ ਬੋਲੇ ਤੂੰ, ਇਹ ਐਕਸਪਲੇਨ ਕਰੋ ਨਾ ਪਹਿਲੇ ਕਿ ਚਰਖਾ ਜਿਹੜਾ ਹੈ ਨਾ ਉਹਦੀ ਕੁੱਲ ਆਵਾਜ਼ ਹੈ, ਇਹ ਟੋਟਲ ਉਹਦੀ ਸਾਊਂਡ ਹੈ, ਉਹ ਕਹਿੰਦਾ ਸਾਈਂ, ਸਾਂ ਸਾਂ ਦੀ ਆਵਾਜ਼ ਹੈਗਾ, ਸਾਈਂ ਦੀ ਆਵਾਜ਼ ਹੈ, ਰਾਂਝੜ ਰਾਂਝੜ ਕਰਦੇ ਮੈਂ ਆਪੇ ਰਾਂਝੜ। ਹਾਂਜੀ, ਅਤੇ ਜਿਹੜੀ ਬਾਇੜ ਹੈ
ਵਿੱਚੋਂ ਜਿਹੜੀ ਉਹ ਧਾਗਾ ਉੱਤੇ ਉਹਦੇ ਹੈਗਾ ਚਰਖੇ ਦੇ, ਉਹ ਕਹਿ ਰਿਹਾ ਤੂੰ ਤੂੰ, ਮਤਲਬ ਤੂੰ ਪੂਰੇ ਚਰਖੇ ਨੂੰ ਵੇਖ ਜਿਹੜਾ ਸਾਇਨ ਦੱਸ ਰਿਹਾ, ਸਿਰਫ ਬਾਹਰ ਤੇ ਨਾ ਰਹਿ ਜਿਹੜਾ ਕਿ ਤੂੰ ਕਹਿ ਰਿਹਾ। ਸੋ ਅਲਟੀਮੇਟਲੀ ਤੁਹਾਡੇ ਜਿਤਨੇ ਕੰਪੋਨੈਂਟਸ ਨੇ ਉਹ ਸਾਰੇ ਇੱਕ ਆਵਾਜ਼ ਹੋ ਜਾਂਦੇ ਨੇ, ਜਾਂ ਇੱਕ ਇੱਕੋ ਹੀ ਜਿਹਨੂੰ ਬੁਲਾ ਰਹੇ ਨੇ ਉਹ ਇੱਕੋ ਹੀ ਹੈ। ਬਿਲਕੁਲ ਪੈਰੀ ਪਾਉਂਦੀ ਮਿਣਤਾ ਕਰਦੀ ਜਾਣਾ ਤਾਂ ਪਿਆ ਇਕੱਲੇ, ਮੈਂ ਵੀ ਡੂੰਗੀ ਤੁਲਾ ਪੁਰਾਣਾ ਛੇਨਾ ਪੱਤਣ ਮੱਲੇ, ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ ਬੜੀ ਸੋਹਣੀ ਲੈਣੀ, ਹੱਥ ਦੇ ਦੇਨੀਆਂ ਛੱਲੇ ਰਾਤੀ ਦਰਦ ਦੇਹੇ ਦਰਮਾਂਦੀ ਦੇਹੇ ਦਰਮਾਂਦੀ ਘਾਉ ਮਿੱਤਰਾਂ ਦੇ ਅੱਲੇ ਅੱਲੇ ਰਾਂਝਣ ਯਾਰ ਤਬੀਬ ਸੁਣੇਂਦਾ, ਮੈਂ ਤਨ ਦਰਦ ਅਵੱਲੇ ਕਹੇ ਹੁਸੈਨ ਫਕੀਰ ਨਿਵਾਣਾ ਸਾਈਂ ਸਨਿਹੋੜੇ ਘੱਲੇ। ਮਤਲਬ ਇਹ ਹੈ ਕਿ ਮੈਂ ਵੀ ਜੋਕ ਰਾਂਝਣ ਦੀ ਜਾਣਾ ਨਾਲ ਮਿਲੇ ਕੋਈ ਚੱਲੇ। ਅੱਛਾ ਇਹ ਕਿਸੇ ਨੂੰ ਨਾਲ ਲੈ ਕੇ ਜਾਣ ਦੀ ਕੀ ਲੋੜ? ਨਹੀਂ ਲੋੜ ਨਹੀਂ ਹੈਗੀ, ਲੇਕਿਨ ਖਾਹਿਸ਼ ਹੈ ਕਿ ਕੋਈ ਸਾਥ ਹੋਵੇ, ਲੇਕਿਨ ਸਾਥ ਹੁੰਦਾ ਕੋਈ ਨਹੀਂ, ਇਹ ਉਹ ਪਹਿਲੇ ਕਹਿ ਚੁੱਕੇ ਹਾਂ। ਮੈਂ ਰਾਂਝਣ ਦੀ ਪਿੰਡ ਜਾਣਾ ਹੈ, ਉਹਦੀ ਜੋਕ ਦਾ ਮਤਲਬ ਪਿੰਡ ਹੈ, ਉਹਦੇ ਪਿੰਡ ਜਾਣਾ ਹੈ ਤੇ ਨਾਲ ਕੋਈ ਚੱਲ ਪਵੇ ਤੇ ਬੜਾ ਅੱਛਾ, ਪਰ ਨਾਲ ਚੱਲਦਾ ਕੋਈ ਨਹੀਂ। ਅਗਲਾ ਕੀ ਹੈ ਜੀ? ਪੈਰਾਂ ਪੈਰਾਂ ਪਾਉਂਦੀ ਪੈਰੀ ਪਾਉਂਦੀ ਮਿੰਨਤਾਂ ਕਰਦੀ ਜਾਣਾ ਤਾਂ ਪਿਆ ਇਕੱਲੇ, ਇਹੋ ਹੀ ਗੱਲ ਹੋ ਗਈ ਨਾ ਕਿ ਮੈਂ ਪੈਰਾਂ ਲੋਕਾਂ ਦੇ ਪੈਰਾਂ ਪੈਂਦੀ ਹੈ, ਮਿੰਨਤਾਂ ਕਰਨੀਆਂ ਲੋਕਾਂ ਦੀ ਮੇਰੇ ਨਾਲ ਚੱਲੋ, ਪਰ ਅਖੀਰ ਮੈਨੂੰ ਇਕੱਲੇ ਨਹੀਂ ਜਾਣਾ ਪੈਂਦਾ ਕਿਉਂਕਿ ਇਹ ਤੁਹਾਡਾ ਰਾਹ ਹੈ ਨਾ, ਇਹ ਤੁਹਾਡਾ ਰਾਹ ਹੈ ਕਿਉਂਕਿ ਇਹ ਤੁਹਾਡਾ ਰਾਂਝਾ ਹੈ। ਬਿਲਕੁਲ ਹਾਂਜੀ, ਮੈਂ ਵੀ ਡੂੰਗੀ, ਇਹਨੇ ਮਤਲਬ ਨਦੀ ਜਿਹੜੀ ਹੈ ਉਹ ਵੀ ਬਹੁਤ ਡੂੰਗੀ ਹੈ, ਡੀਪ ਹੈ। ਤੁਲਾ ਪੁਰਾਣਾ, ਤੁਲਾ ਜਿਹੜਾ ਜਿਹਦੇ ਉੱਤੇ ਤਰ ਕੇ ਜਾਣਾ ਹੈ ਉਹ ਬਹੁਤ ਪੁਰਾਣਾ ਹੋ ਗਿਆ ਹੈ, ਯਾਨੀ ਬੇੜੀ ਟਾਈਪ ਚੀਜ਼, ਬੋਟ ਟਾਈਪ ਚੀਜ਼, ਆਮ ਤੌਰ ਦੇ ਉੱਤੇ ਲੱਕੜੀ ਦਾ ਤਖਤਾ ਜਿਹਦੇ ਉੱਤੇ ਤਰ ਕੇ ਜਾਂਦੇ ਸਨ, ਉਹ ਵੀ ਬਹੁਤ ਪੁਰਾਣਾ ਹੈ, ਨਦੀ ਵੀ ਬਹੁਤ ਡੂੰਘੀ ਹੈ, ਤੇ ਅੱਗੇ ਜਿਹੜੇ ਪੱਤਣ ਤੇ ਜਾਣਾ ਉੱਥੇ ਸ਼ੇਰ ਬੈਠੇ ਹੈ, ਮਤਲਬ ਉੱਥੇ ਵੀ ਸ਼ੇਰਾਂ ਨੇ ਕਬਜ਼ਾ ਕੀਤਾ ਹੈ। ਯਾਨੀ ਹਰ ਸੂਰਤ ਐਸੀ ਹੈ ਕਿ ਬਹੁਤ ਮੁਸ਼ਕਿਲ ਹੈ ਰਾਂਝਣ ਦੀ ਚੋਕ ਜਾਣਾ। ਅੱਛਾ ਸਾਡੀ ਇਹਦੇ ਤੇ ਗੱਲ ਹੋਈ ਸੀ ਕਿ ਰਾਂਝਣ ਦਾ ਇਹ ਜਿਹੜੀ ਨਦੀ ਤੁਸੀਂ ਪਾਰ ਕਰਨੀ ਹੈ ਨਾ, ਇਹ ਹੁਣ ਸੋਹਣੀ ਨੇ ਵੀ ਕੀਤੀ ਸੀ ਤੇ ਹੀਰ ਨੇ ਵੀ, ਰਾਂਝਣ ਨੇ ਵੀ ਖਾਸ ਤੌਰ ਤੇ, ਉਹ ਇਹ ਕਿ ਤੁਸੀਂ ਇੱਕ ਜ਼ਮਾਨਾ ਇੱਕ ਪੂਰਾ ਇੱਕ ਕ੍ਰੋਸ ਕਰ ਰਹੇ ਹੋ ਪੰਜਾਬੀ ਦੇ, ਤੁਹਾਡੇ ਜੋ ਤੁਹਾਡੇ ਕਨਸੈਪਸ਼ਨ ਬਣਦਾ ਤੁਸੀਂ ਕ੍ਰੋਸ ਕਰਕੇ ਇੱਕ ਹੋਰ ਨਵੇਂ ਉਹਦੇ ਜਾ ਰਹੇ ਹੋ। ਮਤਲਬ ਜਿਹੜੀ ਦਰਿਆ ਸੀ ਨਾ, ਦਰਿਆ ਜਿਹੜਾ ਹੈ ਉਹ ਤੁਹਾਡੇ ਇਮੈਜੀਨੇਸ਼ਨ ਦੀ ਹੱਦ ਹੈ, ਬਤੌਰ ਮੈਟਾਫਰ ਤੇ, ਬਤੌਰ ਮੈਟਾਫਰ ਤੇ ਇੱਕ ਸਿਵਲਾਈਜੇਸ਼ਨ ਵੀ ਹੋ ਸਕਦੀ ਹੈ, ਇੱਕ ਆਫਟਰ ਲਾਈਫ ਵੀ ਹੋ ਸਕਦੀ ਹੈ, ਇਟ ਕੁਡ ਬੀ ਅ ਨਿਊ ਲਾਈਫ, ਨਿਊ ਲਾਈਫ। ਸੋ ਦਰਿਆ ਨੂੰ ਪਾਰ ਕਰਨਾ, ਦਰਿਆ ਤੋਂ ਪਾਰ ਜਾਣਾ ਇੱਕ ਨਵਾਂ ਜੀਵਨ ਪਾਉਣ ਲਈ ਪਾਉਣਾ ਹੈ, ਪਾਉਣਾ ਹੈ ਜਾਂ ਪਾਉਣ ਲਈ ਪਹੁੰਚ ਜਾਓ। ਮਤਲਬ ਇਸ ਵਾਸਤੇ ਜਿਹੜਾ ਰਾਂਝਾ ਹੈ ਉਹ ਵਾਹਕ ਬੰਦਾ ਹੈ ਜਿਹੜਾ ਕਿ ਦਰਿਆ ਪਾਰ ਕਰ ਗਿਆ, ਵਰਨਾ ਨਹੀਂ ਕਰ ਸਕਿਆ ਕੋਈ, ਨਹੀਂ ਲੋਕੀ ਨਹੀਂ ਕਰਦੇ, ਆਮ ਬੰਦਾ ਨਹੀਂ ਕਰਦਾ। ਹੁਣ ਇਹਦੇ ਦੇਖੋ ਕਿ ਰਾਂਝੇ ਨੂੰ ਲੈ ਆਓ ਤੁਸੀਂ, ਨੈਵੀ ਡੂੰਘੀ ਤੁਲਾ ਪੁਰਾਣਾ ਸ਼ੀਹਾਂ ਤਾਂ ਪੱਤਣ, ਅੱਗੇ ਜਿਹੜੇ ਪੱਤਣ ਆ ਉਹ ਤੇ ਵੀ ਬੜੇ ਜ਼ਬਰਦਸਤ ਲੋਕ ਬੈਠੇ ਨੇ, ਉਹ ਵੀ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ। ਹਾਂਜੀ, ਜੇ ਕੋਈ ਖਬਰ, ਅੱਛਾ ਹੁਣ ਇਹਦੇ ਤੇ ਮੈਨੂੰ ਇਹ ਕਿ ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ ਹੱਥ ਦੇ ਦੇਣੀਆਂ ਚੱਲੇ, ਅੱਛਾ ਯੂ ਆਰ ਅਗੇਨ ਸਬਮਿਟਿੰਗ ਕਿ ਜੀ ਇਹਨੇ ਮੈਨੂੰ ਖਬਰ ਦਿੱਤੀ ਹੈ ਤੇ ਸਾਰਾ ਕੁਝ ਮੇਰਾ ਇਹਦੇ ਛੱਲੇ ਦਾ ਮਤਲਬ ਆਪਣੀ ਤਾਂ ਰਿੰਗਸ
rings, but you know, your property, you know, something that you own. ਤੁਸੀਂ ਆਪਣੇ ਹੱਥ 'ਚ ਪਾਈਏ, ਉਹੀ ਤੁਸੀਂ ਲਾ ਕੇ ਆਪਣਾ ਹੱਥ ਖਾਲੀ ਕਰਤਾ ਹੈ ਔਰ ਦੇਤਾ ਹੈ, ਸਿਰਫ ਇਸ ਲਈ ਕਿ ਕੋਈ ਉਹ ਮਿੱਤਰਾਂ ਦੀ ਖਬਰ ਲੈ ਕੇ ਆਇਆ। ਕਿਉਂ? ਕਿਉਂਕਿ ਤੁਸੀਂ ਪਾਰ ਨਹੀਂ ਕਰ ਪਾਏ? ਨਹੀਂ ਨਹੀਂ, ਇਹਦਾ ਮਤਲਬ ਇਹ ਨਹੀਂ ਹੈ, ਇਹ ਦੂਜੀ ਲਾਈਨ ਹੈ। ਪਹਿਲੀ ਤਾਂ ਹੈ ਕਿ ਤੁਸੀਂ ਅਗਰ ਇਹਦਾ ਮਤਲਬ ਇਹ ਹੈ ਕਿ ਇਹ ਜੇ ਕੋਈ ਮਿੱਤਰਾਂ ਦੀ ਖਬਰ ਲਿਆਵੇ, ਇਹ ਅਗਰ ਤੁਸੀਂ ਵੀਰ ਰਾਂਝੇ ਦੀ ਕਹਾਣੀ ਵੱਲ ਜਾਓ ਤੇ ਤੁਸੀਂ ਇਵੇਂ ਕਹਿ ਸਕਦੇ ਹੋ ਕਿ ਹੀਰ ਵਿਆਹ ਕੇ ਚਲੀ ਗਈ, ਠੀਕ ਹੈ, ਖੇੜਿਆਂ ਦੇ, ਠੀਕ ਹੈ, ਰਾਂਝਾ ਰਹਿ ਗਿਆ ਪਿੱਛੇ, ਤੇ ਮਿੱਤਰਾਂ ਦੀ ਖਬਰ ਕੌਣ ਲਿਆਵੇ? ਠੀਕ ਹੈ, ਜੇ ਕੋਈ ਮਿੱਤਰਾਂ ਦੀ ਖਬਰ ਲਿਆਵੇ, ਮੈਂ ਹੱਸਦੇ ਦੇਨੀ ਆ ਛੱਲੇ, ਰਾਂਝਣ ਯਾਰ ਤਬੀਬ ਸੁਣੀ ਦਾ, ਮੈਂ ਤੈਨੂੰ ਦਰਦ ਅਵਲੇ। ਯਾਨੀ ਰਾਂਝਾ ਜਿਹੜਾ ਸੁਣੀ ਦਾ ਹੈ, ਸੁਣਿਆ ਹੈ ਕਿ ਰਾਂਝਾ ਬਹੁਤ ਵੱਡਾ ਹਕੀਮ ਹੈ, ਤਬੀਬ ਹੈ, ਡਾਕਟਰ ਹੈ, ਅਤੇ ਮੈਨੂੰ ਵੀ ਐਸੇ ਰੋਗ ਲੱਗੇ ਨੇ ਜਿਹੜੇ ਕਿ ਬਹੁਤ ਯੂਨੀਕ ਨੇ, ਅਵਲੇ ਨੇ, ਵੈਸੇ ਨੇ, ਅਵਲੇ ਨੇ, ਮਤਲਬ ਅਵਲੇ ਤੋਂ ਮਤਲਬ ਹੈ ਕਿ ਬਹੁਤ ਹੀ ਡਿਫਰੈਂਟ ਕਿਸਮ ਦੇ ਨੇ, ਔਰ ਮੈਂ ਉਹਨਾਂ ਨੂੰ ਉਹਨਾਂ ਨੂੰ ਆਮ ਡਾਕਟਰ ਜਿਹੜਾ ਹੈ, ਆਮ ਤਬੀਬ ਉਹਨਾਂ ਦਾ ਇਲਾਜ ਨਹੀਂ ਕਰ ਸਕਦਾ। ਸੋ ਤਾਂ ਉਹ ਕਹਿ ਰਿਹਾ ਕਿ ਸਾਈਂ ਸੁਨਿਹੜੇ ਗੱਲੇ। ਹਾਂ ਬਿਲਕੁਲ, ਸਾਈਂ ਸੁਨਿਹੜੇ ਗੱਲੇ ਆਏਗਾ ਤਾਂ ਠੀਕ ਹੈ। ਹਾਂ, ਸਾਈਂ ਕਰ ਸਕਦਾ ਨਾ, ਹੋਰ ਤਾਂ ਕੋਈ ਨਹੀਂ ਕਰ ਸਕਦਾ ਜੀ।